ਅੱਜ ਸਾਡੇ ਵੀਰ ਗੁਰਨਾਮ ਸਟਾਲ ਰੈਕਟ ਕਰਾਉਂਦੇ ਨਹੀਂ ਵੀਰੇ, ਅਸੀਂ ਨਾ ਸਮਾਨ ਚੱਕਣ ਲੱਗ ਗਏ ਸੀਗੇ, ਬਲੂਨ ਬਲਾਨ ਵਗੈਰਾ। ਸੋ ਸਾਡੇ ਵੀਰੇ ਗੁਰਨਾਮ ਵੀਰੇ ਦਾ ਅੱਜ ਸ਼ੂਟ ਅਸੀਂ ਕਰ ਰਹੇ ਹਾਂ, ਬਹੁਤ ਘੈਂਟ ਬਾਈ ਦੇ ਕੰਮ ਦੇ ਆਲਵੇਜ਼ ਫੈਨ ਆ। ਨਮਸਕਾਰ ਗੁਰਨਾਮ ਬੁਲਰ ਦੀ ਤਰਫ ਸੇ, नमस्कार गोदाम की तरफ से आप सबको, DD1 देख रहे सभी दर्शकों को। आज हम आपको ब्लैक कॉफ़ी के फ़ायदे बताएंगे। सबसे पहली बात तो इसमें कैफीन होता है और वो ठीक होता है सोचने के लिए। अब मेरी हिंदी ख़त्म हो रही है तो मैं आपको दिखाता हूँ ये कैसी दिखती है। हाँ, स्वाद कर दो दादा। ਗੁਰਨਾਮ ਭੁੱਲਰ ਦਾ ਅਖਾੜਾ ਗੋਰੀਏ, ਅੱਜ ਹੀ ਬੁੱਕ ਕਰਾ ਦਾਂਗੇ। ਠੀਕ ਹੈ ਜੀ, ਹੁਣ ਸੈਕਿੰਡ ਲੋਕੇਸ਼ਨ ਸ਼ੂਟ ਤਿਆਰ ਆ, ਕੋਸਟਿਊਮ ਕਰਦੇ ਹਾਂ, ਚੇਂਜ ਕਰਦੇ ਹਾਂ। ਲਓ ਜੀ, ਅਸੀਂ ਰੋਜ਼ਿਸ ਲਾ ਰਹੇ ਹਾਂ ਜੀ ਵੈਗਨ 'ਤੇ, ਅਤੇ ਅਸੀਂ ਲੱਗਦਾ ਅਸੀਂ ਨਵੀਂ ਕੰਪਨੀ ਖੋਲ੍ਹ ਲੈਣੀ ਆ। ਹੁਣ ਫਰਾਬ ਪੈਡਲਸ ਅਸੀਂ ਸਪਲਾਈ ਕਰਿਆ ਕਰਦੇ ਹਾਂ, ਕੋਈ ਵੀ ਵਿਆਹ ਸ਼ਾਦੀ ਦਾ ਮੌਕਾ ਜ਼ਰੂਰ ਸਾਡੇ ਮੈਨੇਜਰ ਗੁਰਸੇਵਕ ਨੂੰ ਜ਼ਰੂਰ ਮਿਲੋ। ਗੁਰਸੇਵਕ ਵੀਰਾ ਛਾਈ ਜਾਂਦਾ। ਕੜੇ ਝਾਂਜਰਾਂ ਪਾਉਣ ਦਾ ਸ਼ੌਂਕ ਆ ਨਾ, ਘਰ ਰਿਸ਼ਤਾ ਲੈ ਕੇ ਆ, ਸਰਦਾਰਨੀ ਆ ਅਤੇ ਸਰਦਾਰਾਂ ਵਾਂਗੂ ਵਿਆਹ, ਸਰਦਾਰਾਂ ਵਾਂਗੂ ਵਿਆਹ ਕੇ ਲੈ ਕੇ ਜਾ। ਠੀਕ ਆ, ਸਰਦਾਰਾਂ ਵਾਂਗੂ ਵਿਆਹ ਕੇ ਲੈ ਕੇ ਜਾ। ਹਾਂ ਬਸ ਇੰਨਾ ਕਹਿ ਰਹੇ, ਬਾਕੀ ਆਪਾਂ ਬਾਅਦ 'ਚ ਦੇਖਦੇ ਹਾਂ। ਇੰਨੀ ਕੜੇ ਝਾਂਜਰਾਂ ਪਾਉਣ ਦਾ ਸ਼ੌਂਕ ਆ ਨਾ, ਤਾਂ ਘਰ ਆ, ਸਰਦਾਰਨੀ ਆ, ਸਰਦਾਰਾਂ ਵਾਂਗੂ ਵਿਆਹ ਕੇ ਲੈ ਕੇ ਜਾ। ਸੋਚਣ ਲੱਗ ਗਿਆ, ਸੋਚੀ ਜਾਓ, ਉੱਥੇ ਸੋਚੀ ਜਾਓ, ਫਿਰ ਦੇਖੋ। ਵੈਰੀ ਗੁੱਡ, ਆ ਸਿਰਾ ਲਾ ਗਿਆ, ਆ ਗਿਆ ਸਾਹ। ਐਕਸ਼ਨ ਐਕਸ਼ਨ ਹੋ ਗਿਆ ਸਾਹ, ਝਾਂਜਰਾਂ ਲੈ ਲਾਵੇ, ਮਾਣ ਨਹੀਂ ਲੱਗਦਾ ਝਾਂਜਰਾਂ। ਐਨੀਵੇਜ਼, ਸੋ ਐਦਾਂ ਸ਼ੂਟ ਹੋ ਗਿਆ ਡਨ। ਸਿੰਗੜਾ ਸਾਹਿਬ ਕਿੱਦਾਂ ਲੱਗਿਆ ਤੁਹਾਨੂੰ ਗੁਰਨਾਮ ਭੁੱਲਰ? ਬਹੁਤ ਵਧੀਆ ਲੱਗਿਆ ਸਾਨੂੰ ਗੁਰਨਾਮ ਭੁੱਲਰ ਜੀ ਨਾਲ ਕੰਮ ਕਰਕੇ। ਹੁਣ ਤੁਸੀਂ ਇੱਕ ਨਵਾਂ ਗੁਰਨਾਮ ਭੁੱਲਰ, ਗੁਰਨਾਮ ਭੁੱਲਰ ਦੇ ਵਿੱਚ ਸੁੱਖ ਸੰਘੇੜਾ ਦੇਖੋਗੇ। ਇਹ ਖਾਸ ਗੱਲ ਆ, ਬਾਈ ਨੇ ਬਾਈ ਤੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ, ਵੀਰੇ ਨੇ ਬਹੁਤ ਵਧੀਆ। ਥੈਂਕ ਯੂ। ਅੱਜ ਸਾਡਾ ਬੜਾ ਛੋਟਾ ਦਿਨ ਸੀਗਾ ਜੀ, ਡੇ 1 ਡਨ ਹੋ ਚੁੱਕਿਆ, ਕੱਲ੍ਹ ਨੂੰ ਸਾਡਾ ਹੈਵੀ ਡੇ ਆ ਪੂਰਾ, ਐਨ ਸਵੇਰ ਤੋਂ ਲੈ ਕੇ ਰਾਤ ਤੱਕ, ਅਤੇ 3-4 ਟਨ ਦਾ ਭਾਰ ਪੈ ਜਾਣਾ ਕੱਲ੍ਹ। ਗਾਣਾ ਬਹੁਤ ਆ ਰਿਹਾ, ਅਤੇ ਬਾਕੀ ਇੱਧਰ ਲੈਂਸ ਸਾਫ਼ ਕਰਨ ਵਾਲਾ ਯਾਰ ਤੂੰ ਲੈਂਸ ਸਾਫ਼ ਕਰਕੇ ਰੱਖੀ ਕੱਲ੍ਹ ਨੂੰ, ਚੰਗਾ।